पर सार्वजनिक जगहों से दूर रहकर इसे फैलने से रोक सकते हैं अपनी सुरक्षा के लिए हमारी मदद करें। अगर आपको खांसी बुखार या सांस लेने में तकलीफ हो तो तुरंत नजदीकी स्वास्थ्य केंद्र जाए अधिक जानकारी के लिए इस लैंडलाइन नंबर जीरो वन नाइन वन टू फाइव फोर नाइन सिक्स सेवन सिक्स आरोप संपर्क करें जारीकर्ता हेल्थ एंड मेडिकल एजुकेशन डिपार्टमेंट जम्मू कश्मीर ए आकाशवाणी जम्मू है खबरें खबरें स्वागत पहले खास खास श्रुति खजूरिया जम्मू कश्मीर मोदी सरकार की अगुवाई नमी ऊंचाइयों तक पुजोग आख्या रक्षा मंत्री राजनाथ सिंह और जम्मू कश्मीर कोरोना वायरस के एक सौ मामले सामने आए चार लोगों की इक्के मौत मरने गिनरी नाट तक पुजी मुल्क भर इस लागै करी मरने आकें गतरी कानवे सौ पचानवे तरगर पुजी गई ने जम्मू कश्मीर के एक लख 37864 ਫਸੇ ਦੇ ਵਸਨੀਕਾਂ ਦੀ ਵਾਪਸ ਆਨੇ ਆ ਇੰਦੇ ਚ 95792 ਦੀ ਲਖਨਪੁਰ ਰਾਏ ਤੇ 42072 ਦੀ ਵਿਸ਼ੇਸ਼ ਰੇਲ ਗੱਡੀਆਂ ਰਾਏ ਵਾਪਸ ਆਨੇ ਆ ਗਿਆ ਤੇ ਉਦਨਪੁਰ ਦੀ ਪ੍ਰਸ਼ਾਸਨ ਸਰਬੰਧੀ ਜਤਨੇ ਲਈ ਰਾਸ਼ਟਰੀ ਸਨਮਾਨ ਕਰਨੇ ਨਵਾਜ਼ੇ ਆ ਗਿਆ ਬਿਹਤਰ ਕਾਰਕਰਦਗੀ ਤੇ ਪਾਰਦਰਸ਼ਿਤਾ ਪ੍ਰਸ਼ਾਸਨ ਸਰਬੰਧੀ ਸੇਵਾ ਲੋਕਾਂ ਦੇ ਕਰੇ ਤਗਰ ਖਬਰਾਂ ਦੀ ਤਫਸੀਲ ਕਰਨੇ ਵਿਕਾਸ ਸ਼ਰਮਾ ਰੱਖਿਆ ਮੰਤਰੀ ਰਾਣਾਥ ਸਿੰਘੋਰੇ ਨੇ ਆਖਿਆ ਜੇ ਐਨਡੀਏ ਸਰਕਾਰ ਨੇ 2014 ਥਾਵਾ 2019 ਤੱਕ ਜੰਮੂ ਕਸ਼ਮੀਰ ਦੇ ਵਿਕਾਸ ਲਈ 2 ਲੱਖ ਕਰੋੜ ਰੁਪਏ ਮਨਜ਼ੂਰ ਕੀਤੇ ਨੇ ਜੰਮੂ ਜਨ ਸੰਵਾਦ ਰੈਲੀ ਦੀ ਵੀਡੀਓ ਕਾਨਫਰੈਂਸਿੰਗ ਰਾਏ ਸੰਬੋਧਿਤ ਕਰਦੇ ਹੋਏ ਸ਼੍ਰੀ ਸਿੰਘ ਹੋਰਿਆਂ ਆਖਿਆ ਜੇ ਸਰਕਾਰ ਜੰਮੂ ਕਸ਼ਮੀਰ ਚ ਸਾਰੀਆਂ ਵਿਕਾਸ ਗਤੀਵਿਧੀਆਂ ਕੀ ਇਆਂ ਚਲਾਗ ਜੇ ਮਕਬੂਜਾ ਕਸ਼ਮੀਰ ਦੇ ਲੋਕ ਭਾਰਤ ਦਾ ਹਿਸਾਬ ਬਣਨੇ ਦੀ ਮੰਗ ਕਰਨਗਨ ਉਹਨੇ ਆਖਿਆ ਜੇ ਮੋਦੀ ਸਰਕਾਰ ਨੇ ਨੇਕਾਂ ਇਤਿਹਾਸਿਕ ਫੈਸਲੇ ਲਾਤੇ ਨੇ ਤੇ ਦਫਾ 370 ਕੀ ਖਤਮ ਕਰਨਾ ਉੰਦੇ ਇਚਾ ਇਕਾ ਕੋਵਿਡ 19 ਵਾਲੀ ਮਹਾਮਾਰੀ ਕਰੀ ਬਣੀਦੀ ਚੁਣੌਤੀਆਂ ਦੌਰਾਨ ਪ੍ਰਧਾਨ ਮੰਤਰੀ ਨਿੰਦ ਮੋਦੀ ਉੰਦਾ ਨੇਤ੍ਰਿਤਵ ਸਰਾਨੀ ਹੈ ਜੇਦਿਸਹਰਾਨਾ ਨਾ ਛੜੀ ਮੁਲਖੰਦਰ ਹੋਈ ਸਗੂਆ ਦੁਨੀਆ ਭਰੇ ਚ ਇਸ ਸਰਬੰਦੇ ਚ ਮੋਦੀ ਹੁੰਦੇ ਅਗਵਾਈ ਦੀ ਪ੍ਰਸ਼ੰਸਾ ਕੀਤੀ ਗਈ ਚੀਨ ਕਨੇ ਬੰਨੇ ਪਰ ਬਨੇ ਦੇ ਹਲਾਤ ਬਾਰੇ ਬੋਲਦੇ ਹੋਏ ਸ਼੍ਰੀ ਸਿੰਘ ਹੋਰੇ ਆਖਿਆ ਜੇ ਸਰਕਾਰ ਚੀਨ ਕਨੇ ਕੂਟਨੀਤਿਕ ਤੇ ਸੈਨਿਕ ਸਤਾ ਉਪਰ ਗਲਵਾਤ ਕਰਾ ਕਰਦੀ ਹੈ ਉਹਨੇ ਗਲਾਇਆ ਜੇ ਚੀਨ ਨੇ ਵੀ ਇਸ ਵਿਵਾਦਗੀ ਭਾਰਤ ਕਨੇ ਗਲਵਾਤ ਰਾਇ ਸੁਲਝਾਣੇ ਦੀ ਇਸ਼ਾਰਾ ਜਾਹਿਰ ਕੀਤੀ ਹੈ ਸਰਕਾਰੀ ਜਾਣਕਾਰੀ ਦਿੱਤੀ ਹੈ ਜੇ ਜੰਮੂ ਕਸ਼ਮੀਰ ਚ ਨੋਵਲ ਕਰੋਨਾ ਵਾਇਰਸ ਕੋਵਿਡ 19 ਦੇ 163 ਨਵੇਂ ਪਾਜ਼ਟਿਵ ਮਾਮਲੇ ਸਾਹਮਣੇ ਆਏ ਨੇ ਇੰਦੇ ਚ 28 ਮਾਮਲੇ ਜੰਮੂ ਸਭਾਗ ਤੇ 135 ਮਾਮਲੇ ਕਸ਼ਮੀਰ ਸਭਾਗ ਦੇ ਨੇ ਜਿਹਦੇ ਕੰਨੇ ਜੰਮੂ ਕਸ਼ਮੀਰ ਚ ਕੁੱਲ ਪਾਜ਼ਟਿਵ ਮਾਮਲੇ ਦੀ ਗਿਣਤਰੀ 5041 ਹੋਈ ਗਈ ਦੀ ਹੈ ਕੋਵਿਡ 19 ਦੇ ਚਾਰ ਜਿਨੇ ਮਰੀਜ਼ੇ ਦੀ ਮੌਤ ਹੋਈ ਹੈ ਉੰਦੇ ਚਾ ਇੱਕ ਜਨਾ ਜੰਮੂ ਤੇ 3 ਜਨੇ ਕਸ਼ਮੀਰ ਸਭਾਗ ਕਨੇ ਸਰਬੰਧਤਨ ਇਹਦੇ ਇਲਾਵਾ ਕੋਵਿਡ-19 ਦੇ 120 ਹੋਰ ਮਰੀਜ਼ਾਂ ਦੀ ਸੇਤੂ ਚ ਸੁਧਾਰ ਹੋਇਆ ਤੇ ਉਨ੍ਹਾਂ ਦੀ ਬਖ ਫਖ ਹਸਪਤਾਲੇ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇੰਦੇ ਚਾਹ 23 ਲੋਕ ਜੰਮੂ ਸੰਭਾਗ ਤੇ 97 ਕਸ਼ਮੀਰ ਸੰਭਾਗ ਦੇਨ 5041 పాజిటివ్ ਮਾਮਲੇ ਚ 2593 ਸਕਰੀਅ ਮਾਮਲੇ ਚ 2399 ਲੋਕ ਠੀਕ ਹੋਏ ਨੇ ਤੇ 59 ਜਣੇ ਦੀ ਮੌਤ ਹੋਈ ਗਈ ਹੈ ਮਰਨੇ ਵਾਲੇ ਲੋਕਾਂ ਚ 7 ਜਣੇ ਜੰਮੂ ਸੰਭਾਗ ਤੇ 5 ਜਣੇ ਕਸ਼ਮੀਰ ਸੰਭਾਗ ਦੇ ਨੇ ਜੰਮੂ ਕਸ਼ਮੀਰ ਚ ਕੁੱਲ 5041 పాజిటివ్ ਮਾਮਲੇ ਚ 1777 ਜਣੇ ਬਾ ਯਾਤਰਾ ਕਰੀ ਆਏ ਦਿਨ ਐਡਵਾਈਸਰੀ ਚ ਅਗੜਾ ਲੋਕਾਂ 'ਕੀ ਜ਼ਰੂਰੀ ਕੰਮ ਦੇ ਬਗੈਰ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਣੇ ਪਰ ਜ਼ੋਰ ਦਿੱਤਾ ਗਿਆ ਹੈ। ਮੁਲਖ ਪਰੇਚੇ ਕੋਵਿਡ 19 ਦੇ ਮਰੀਜ਼ੇ ਦੇ ਠੀਕ ਹੋਣੇ ਦੀ ਸ਼ਰਤ 50% თਵਾ ਵੱਧੋਈ ਗਈ ਹੈ ਮੁਲਖ ਪਰੇਚੇ ਕਰੋਨਾ ਵਾਇਰਸ ਦੇ ਕੁੱਲ ਮਾਮਲੇ ਦੀ ਗਿਣਤ 3 ਲੱਖ 20922 ਤੋੜੀ ਜਾਈ ਪੁੱਜੀ ਹੈ ਅਜੇ ਤੱਕ 1 ਲੱਖ 62378 ਮਰੀਜ਼ ਠੀਕ ਹੋਈ ਗੇਨ ਸਿਹਤ ਮੰਤਰਾਲੇ ਨੇ ਇੱਕ ਬਿਆਨੇ ਚ ਆਖਿਆ ਹੈ ਜੇ ਕੋਵਿਡ 19 ਦੇ ਮਾਮਲੇ ਦੇ ਠੀਕ ਹੋਣੇ ਆਲੀ ਦਰ ਇਹ ਦੱਸਾ ਕਰਦੀ ਹੈ ਜੇ ਇਸ ਬਿਮਾਰੀ ਦੀ ਚਪੇਟ 'ਚ ਆਏ ਦੇ ਅੱਧੇ ਮਰੀਜ਼ ਠੀਕ ਹੋਈ ਗਏ ਨੇ ਇਸ ਲਈ 1,49,348 ਕੇਸਾਂ ਮਾਮਲਿਆਂ ਤੇ ਉਹਨੇ ਕੀ ਮੈਡੀਕਲ ਨਿਗਰਾਨੀ ਐਟ ਰੱਖਿਆ ਗਿਆ ਹੈ ਕਰੋਨਾ ਵਾਇਰਸ ਕਰੀ 9195 ਲੋਕਾਂ ਨੇ ਅਜੇ ਤੱਕ ਆਪਣੀ ਜਾਨ ਗੁਆਈ ਦਿੱਤੀ ਹੈ ਕੋਵਿਡ 19 ਵਾਲੇ ਲਾਕਡਾਊਨ ਕਰੀ ਮੁਲਕ ਦੇ ਬਖ ਬਖ ਇਸੇ ਚ ਫਸੇ ਦੇ ਜੰਮੂ ਕਸ਼ਮੀਰ ਦੇ 137864 ਬਸ ਨੀਕेंगी ਲਖਨਪੁਰ ਰائیں ਤੇ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸਾਂ ਰائیں ਵਾਪਸ ਆਨਿਆ ਗਿਆ ਇਸ ਦੌਰਾਨ ਸਭ ਨੇ ਦਿਸ਼ਾ ਨਿਰਦੇਸ਼ਾਂ ਦਾ ਤੇ ਨਿਮੇ ਕਾਰਦੇ ਦਾ ਸਖਤੀ ਕਰਨੇ ਪਾਲਨ ਕੀਤਾ ਜਾ ਕਰਦਾ ਹੈ ਪ੍ਰਸ਼ਾਸਨ ਨੇ ਅਜੇ ਤੱਕ ਜੰਮੂ ਤੇ ਉਦਮਪੁਰ ਰੇਲਵੇ ਸਟੇਸ਼ਨ ਉੱਪਰ ਵਕਫਾ ਖ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਆਈ ਦੀ 53 ਵਿਸ਼ੇਸ਼ ਰੇਲ ਗੱਡੀਆਂ ਦਾ ਸਵਾਗਤ ਕੀਤਾ ਹੈ ਇਨੇ ਰੇਲ ਗੱਡੀਆਂ ਰਾਹੀਂ 42000 ਤੋਂ ਵੱਧ ਯਾਤਰੀਆਂ ਦੀ ਵਾਪਸ ਆਨਿਆ ਗਿਆ ਜਿਸ ਲਈ ਕਿ ਲਖਨਪੁਰ ਆਲੇ ਰਸਟਿਆਂ ਰਾਹੀਂ 59792 ਲੋਕਾਂ ਦੀ ਸਰਕਾਰੇ ਵਾਪਸ ਆਨਿਆ ਹੈ ਜੰਮੂ ਕਸ਼ਮੀਰ ਚ ਫਸੇ ਦੇ ਪਰਵਾਸੀ ਮਜ਼ਦੂਰਾਂ ਦੀ ਵਾਪਸਪੇ ਜਨ ਲਈ ਅੱਜ ਦੋ ਸ਼ਰਮਿਕ ਵਿਸ਼ੇਸ਼ ਰੇਲ ਗੱਡੀਆਂ ਉੱਤਰ ਪ੍ਰਦੇਸ਼ ਲਈ ਰਵਾਨਾ ਹੋਣਗਣ ਇੰਦੇ ਚਾ 1 ਬੜਲੇ 11 ਵਜੇ ਤੇ ਦੂਈ ਦੁਪਹਿਰੀ 3 ਵਜੇ ਕਟੜਾ ਥਾਂ ਰਵਾਨਾ ਹੋਗ ਇਸ ਦੌਰਾਨ ਕੋਵਿਡ 19 ਸਰबंदी ਸਭ ਨੇ ਦਿਸ਼ਾ ਨਿਰਦੇਸ਼ਾਂ ਦਾ ਪਾਲਨ ਕੀਤਾ ਜਾ ਕਰਦਾ ਹੈ ਸਰਕਾਰ ਇਸ ਗੱਲੇ ਦੀ ਯਕੀਨੀ ਬਣਾ ਕਰਦੀ ਹੈ ਜੇ ਸਾਰੀ ਆਵਾਜਾਈ ਤਹਿ ਨਿਯਮੇ ਮੁਤਾਬਕ ਕੀਤੀ ਜਾ 18 ਕਰੇਲੂ ਆਵਾਜਾਈ ਜਾਂ ਜੀ ਚ ਸਵਾਰ 2268 ਯਾਤਰੀ ਕਲ ਜੰਮੂ ਕਸ਼ਮੀਰ ਆਈ ਅਵਾਈ ਅੱਡੇ ਪਰ ਪੂਜੇਨ ਸੱਤ ਨਿਯਮਿਤ ਕਮਰਸ਼ੀਅਲ ਅਵਾਈ ਜਾ ਜਨਰੇ ਕੁੱਲ 587 ਯਾਤਰੀ ਵਿਦੇਸ਼ ਥਾਵਾਂ ਜੰਮੂ ਅਵਾਈ ਅੱਡੇ ਪੂਜੇ ਜ਼ਿਲ੍ਹੇ ਕੇ ਯਾਰਾਂ ਕਰੇਲੂ ਅਵਾਈ ਜਾਜ ਸਿਵਾਏ ਰਾਂ 1681 ਯਾਤਰੂ ਸ਼੍ਰੀਨਗਰ ਅਵਾਈ ਅੱਡੇ ਪਰ ਆਇਨ ਇੱਥੇ ਆਣੇ ਮਗਰਾਂ ਸਭ ਨੇ ਯਾਤੂ ਦਾ ਕੋਵਿਡ 19 ਵਾਇਰਸ ਸਰਬੰਦੀ ਟੈਸਟ ਕੀਤੇ ਗਏ ਤੇ ਇਨੇ ਲੋਕਾਂ ਕੀ ਸਭੇ ਜ਼ਰੂਰੀ ਰੋਕਥਾਮ ਸਰਬੰਦੀ ਨੀਵੇਂ ਦੀ ਨਿਗਰਾਨੀ ਵਿਸ਼ਕਾਰ ਦੋਨੇ ਅਵਾਈ ਅੱਡੇ ਥਾਵਾਂ ਉੰਦੀ ਮੰਜ਼ਿਲ ਤੱਕ ਪਹੁੰਚਾਇਆ ਗਿਆ ਵਿਸ਼ਵ ਰਕਤਦਾਤਾ ਦਿਵਸ ਦੀ ਮਨਾਣੇ ਦੇ ਸਰਬੰਧਾ ਚ ਸਿਹਤ ਤੇ ਮੈਡੀਕਲ ਸਿੱਖਿਆ ਦੇ ਮਾਲੀ ਕਮਿਸ਼ਨਰ ਅਟਲ ਡੁੱਲੂ ਹੋਰੇ ਸੁਰੱਖਿਤ ਗੁਣਵੱਤਾ ਕੰਨੇ ਖੂਨ ਹਾਸਲ ਕਰਨ ਲਈ ਸਰਕਾਰੀ ਮੈਡੀਕਲ ਕਾਲਜ ਜੰਮੂ ਚ ਸਟੇਟ ਆਫ ਆਰਟ ਨਿਊਕਲਿਕ ਐਸਿਡ ਪ੍ਰਿਕਸ਼ਨ ਨੈਟ ਪੀਸੀਆਰ ਸੁਭਦਾ ਦਾ ਕੱਲ ਉਦਘਾਟਨ ਕੀਤਾ ਇਸ ਮੌਕੇ ਪਰ ਬੋਲਦੇ ਹੋਏ ਡੁੱਲੂ ਹੋਰੇ ਆਖਿਆ ਜੇ ਨੋਵਲ ਕਰੋਨਾ ਨਵੋਲ ਪੁਰਸਕਾਰ ਆਸਲ ਨੈਟ ਪੀਸੀਆਰ ਤਕਨੀਕ ਦੀ ਅਮਲਾਵਰੀ ਕਰਨੇ ਅੰਤਰਰਾਸ਼ਟਰੀ ਮਾਨਕਾਂ ਦੇ ਬਰਾਬਰ ਸੁਰੱਖਿਤ ਤਰੀਕੇ ਕਨੇ ਖੂਨ ਆਸਲ ਕਰਨਾ ਯਕੀਨੀ ਬਣੀ ਜਾਗ ਇਸ ਮੌਕੇ ਉਪਰ ਜਕੇ ਐਸਏ ਸੀਐਸ ਪ੍ਰੋਜੈਕਟ ਡਾਇਰੈਕਟਰ ਹੋਰੇ ਆਖਿਆ ਜੇ ਜੰਮੂ ਕਸ਼ਮੀਰ ਚ ਵਿਸ਼ਵ ਰક્તਦਾਤਾ ਦਿਵਸ ਮਨਾਣੇ ਲਈ ਇੱਕ ਮਹੀਨਾ ਪਰ ਲੰਮੀ ਚੱਲਣ ਵਾਲੀ ਮੁਹਿੰਮ ਦੀ ਸ਼ੁਰੂ ਕੀਤਾ ਗਿਆ ਹੈ ਜੰਮੂ ਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੇ ਡੀਨ ਡਾਕਟਰ ਨਸੀਬ ਸੀ ਡਿਗਰਾਓਰੇ ਇਸ ਤਕਨੀਕ ਉਪਰ ਲੋਪਾਂਦੇ ਹੀ ਆਖਿਆ ਜੇ ਪੂਰੇ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇਸ ਚਾਲੀ ਦੀ ਇਹ ਪਹਿਲੀ ਨੈਟ ਪੀਸੀਆਰ ਤਕਨੀਕ ਸਥਾਪਿਤ ਕੀਤੀ ਗਈ ਹੈ ਜਿਹਦੇ ਕੰਨੇ ਉੱਚੇ ਸਤਰ ਉੱਪਰ ਖੂਨ ਦੀ ਸੁਰੱਖਿਤ ਕਰਨੇ ਦੀ ਯਕੀਨੀ ਬਣਾਇਆ ਜਾਗ ਇਹ ਖਬਰਾਂ ਤੋਂ ਉਸ ਆਕਾਸ਼ਵਾਨੀ ਜੰਮੂ ਪ੍ਰਾਸਨਾਰ ਦਿਓ ਉਹਨਾਂ ਬਾਕੀ ਦੀਆਂ ਖਬਰਾਂ ਕਰਨੇ ਸ਼ਰੂਤੀ ਖਜੂਰੀਆ उधमपुर जिला प्रशासन की ई प्रशासन राष्ट्रीय सम्मान भी सौ भी कन्ने भारत सरकार आसिया नवाजा गया ए सम्मान सुकून ऐप की शुरुआत हा ए राए आपदा प्रबंधन दौरान प्रभावित परिवारों की घट्टो घट समय राहत पजाने का काम किया गया मामले का नबेड़ा बिजन आपू आओजी दे पटवारी या फी डीसी दफ्तर कष जाइए आपू फाइल ले जाने बगैर होप बारे बोलते हुए उधमपुर के दे डिप्टी दे कमिश्नर डॉ पीयूष सिंगला होने गला सारिया रिपोर्टा ऑनलाइन जमा कर गई हर सतह पर अफसरों की बकाया पे दे मामले बारे अलर्ट गए ते मुतलका अफसर इन्हें मामले का नबेड़ा बिना पर किड उन्नीस लॉकडाउन दौरान जिला प्रशासन ने ई पास सेवा मरीजों शुरू की लॉकडाउन अवधि दौरान ई सर्विस राय पास दे गए एनआईसी इस संबंध अहम भूमिका है ते आईटी सबंधी सेवाएं की सुचारू ढंगे से चलाने च सहयोग दियं ਜੰਮੂ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਕਿਸ਼ਤਵਾੜ ਜ਼ਿਲ੍ਹੇ ਦੀ ਹਿਮਾਚਲ ਪ੍ਰਦੇਸ਼ ਕਰਨੇ ਜੋੜਨੇ ਵਾਲੀ ਸੜਕ ਤੇ ਦੂਰ ਦਰੇਡੇ ਤੇ ਪਛੇਤਰੇ ਇਲਾਕੇ ਪੜ ਦੇਸਾ ਦੇ ਉਰ ਨੇ ਸਿੰਘਾਂ ਨੇ ਪੂਰਾ ਬੜਾ ਜੁੜੇਦਾ ਰਵੇ ਬੀਕਨ ਨੇ 55.100 ਕਿਲੋਮੀਟਰ ਥਮਾ 55.775 ਕਿਲੋਮੀਟਰ ਗਲਾਰ ਸਾਂਸਾਰੀ ਸੜਕ ਦੀ ਪਰਤੀਆ ਤਿਆਰ ਕਰਨੇ ਦੇ ਕੰਮੇ ਦੀ ਮੁਕੰਮਲ ਕਰ ਦਿੱਤਾ ਹੈ इलाके दे लोक डिप्टी कमिश्नर राजेंद्र सिंह तारा ह्ति अगुवाई प्रशासन दी कोशिशें दा स्वागत किता जिने लॉकडाउन दौरान भी कमे दी सुविधा प्रदान किश्तवाड़ कि डी जे और आदन मुकामी लोगों दा रोजगार कन्नो कोक किश्तवाड़ इलाके दा विकास यकीनी यकीं ਪਾਕਿਸਤਾਨ ਆਸਿਆ ਇਸ ਬਰੇ ਕਬਜ਼ਾ ਰੇਖਾ ਪਰ ਅਜੇ ਤੱਕ 2027 ਬਰੀ ਸੰਘਰਸ਼ ਵਿਰਾਮ ਦੀ ਉਲੰਘਣਾ ਕਰਦੇ ਹੋਏ ਗੋਲੀਬਾਰੀ ਕੀਤੀ ਗਈ ਪੁੰਚ ਜ਼ਿਲ੍ਹੇ ਵਾਲੀ ਕਬਜ਼ਾ ਰੇਖਾ ਕਰਨ ਲੱਗਦੇ ਇਲਾਕੇ ਚ ਪਾਕਿਸਤਾਨੀ ਬਲਿਆਂ ਆਸਿਆ ਕੱਲ ਕੀਤੀ ਗਈ ਗੋਲੀਬਾਰੀ ਚ ਸੈਨਾ ਦਾ ਇੱਕ ਜਵਾਨ ਸ਼ਹੀਦ ਹੋਇਆ ਗਿਆ ਤੇ ਦੋ ਹੋਰ ਜਨੇ ਜ਼ਖਮੀ ਹੋਏ ਸੁਰੱਖਿਆ ਬਲੇ ਕਰੀਬਨ ਕਰੀਬਨ 100 ਆਤੰਕਵਾਦੀ ਜਿੰਦੇ ਚ ਬਖਵਕ ਆਤੰਕਵਾਦੀ ਸੰਗਠਨ ਦੇ ਦਰਜ ਥਮਾ ਦਰਜਨ ਥਮਾ ਮਤੇ ਸਿਰੇ ਦੇ ਕਮਾਂਡਰ ਰਹੀਂਗੀ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਚ ਇਸ ਬਰੇ ਮਾਰੀ ਮਕਾਇਆ ਮਕੰਦੀ ਰਵਾਇਤੀ ਖੇਤੀ ਕੀ ਛੋੜੀਏ ਡੋਡਾ ਦੇ 200 ਪ੍ਰਗਤੀਸ਼ੀਲ ਕਿਸਾਨ ਨੇ ਬਨਫਸ਼ਣ ਦੇ ਫੁੱਲਿਆਂ ਦੀ ਖੇਤੀ ਸ਼ੁਰੂ ਕੀਤੀ ਹੈ ਮਤਲਅ ਦੇਣੇ ਲਈ ਹੈ ਇਹਦੇ ਨਾਲ ਜ਼ਿਲ੍ਹੇ ਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋਈ ਹੈ ਕੇਂਦਰ ਸਰਕਾਰ ਦੇ ਆਰੋਮਾ ਮਿਸ਼ਨ ਤਹਿਤ ਜਿਹੜੇ ਕਿਸਾਨ ਬਨਫਸ਼ਣ ਦੇ ਫੁੱਲਿਆਂ ਦੀ ਖੇਤੀ ਕਰ ਰਹੇ ਨੇ ਉਹਨੇ ਗਲਾਜੇ ਨੇ ਪੌਦਿਆਂ ਦੀ ਖੇਤੀ ਸ਼ੁਰੂ ਕਰਨੇ ਕੰਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀਓਂ ਦੇ ਆਤਮਨਿਰਭਰ ਭਾਰਤ ਅਲ ਸੁਖਨੇਗੀ साकार करने आली पेठा अगड़ा बदाने लौके त भले हाशिये पर खड़ोते दे करसाने आमदन की दूना करने दे प्रमुख मकसद कैज्ञानिक उद्योगबंधी शोध आली कौंसल ने इस मिशन की शुरुआत की है ज खुशबूदार पौधे की पैदावार की बढ़ावा दाता जा सके सै ते तकनालोजीबी सहायता भी उपलब्ध करवाई जा रही है जम्मू कश्मीर के कठुआ जिले च कल एक ट्रक थमा 8 ਟਨ ਪਾਬੰਦੀ ਵਾਲੇ ਮੋਮੀ ਲਿਫਾਫੇ ਜ਼ਬਤ ਕੀਤੇ ਗਏ ਸਨਮਾਨ ਵਾਲਾ ਟਰੱਕ ਦਿੱਲੀ ਥਮਾ ਆਇਆ ਹਾ ਤੇ ਸੀ ਲਖਨਪੂਰ ਟੋਲ ਪਲਾਜ਼ਾ ਦਾ ਸ਼ੋਕਿਆ ਗਿਆ ਪੁਲਿਸ ਪ੍ਰਵਕਤਾ ਨੇ ਆਖਿਆ ਜੇ ਪਾਬੰਦੀ ਵਾਲਾ ਸਮਿਆਨ 307 ਥੈਲੇ ਚ ਗੰਡੇ ਦੀ ਬੋਰੀਆਂ ਇਟਸ ਪਹਿਲੇ ਗਿਆ ਦਾ ਹਾ ਟਰੱਕ ਦੇ ਡਰਾਈਵਰ ਕੀ ਰਸ ਚ ਲੈਤੇ ਲਈਏ ਉਹਦੇ ਖਿਲਾਫ ਸਰਬੰਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ फिल्मी जगत के मन्नेमने पर परमने अभिनेता सुशांत सिंह राजपूत हो कल आत्महत्या करी गलाया गलायाया सुशांत हुरी लौथ मुंबई दी थार की बांद्रा थ स्थित उन् घरें अंदर लटकी दी ही चौथियों बरे दे हैं। मुंबई पुलिस के प्रवक्ता ने गलाया आत्महत्या करने की वजह का अजें तगर पता नहीं लगा लग है उपराष्ट्रपति प्रधानमंत्री गृहमंत्री हो मौत पर दुख जाहिर है ਦੇਰ ਫੜੀ ਕੋਤੋਂ ਉਹ ਕਾ ਪ੍ਰੋਬਲਮ ਉਹ ਡਾਕਟਰ ਸਾਹਿਬ ਹੈ ਭਾਈ ਸਾਹਿਬ